ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਹੋਰ ਨਵਾਂ ਸਾਲ ਪੁਸਤਕ ਦਾ ਅਗਲਾ ਭਾਗ ਪੰਨਾ ਨੰਬਰ 15 ਤੋਂ ਅੱਗੇ ਸੁਣ। ਬੰਬਈ, ਮੁੰਬਈ ਕਹਿੰਦੇ ਉਹਨੂੰ ਅੱਜ ਕੱਲ੍ਹ। 163 ਭਾਰਤੀ ਜਿਹੜੇ ਚੋਰੀ ਛੁਪੇ ਆਪਣਾ ਦੇਸ਼ ਛੱਡ ਕੇ ਵਲਾਇਤ ਜਾ ਰਹੇ ਸਨ, ਡੁਬਈ ਦੇ ਕੋਲ ਕਿਸ਼ਤੀ ਡੁੱਬ ਜਾਣ ਦੇ ਕਾਰਨ ਡੁੱਬ ਗਏ। ਕਿਸ਼ਤੀ ਡੁੱਬ ਜਾਣ ਨਾਲ ਤਾਂ ਡੁੱਬਣਾ ਹੀ ਸੀ, ਇਹ ਭਲਾ ਕੀ ਖਬਰ ਹੋਈ? ਬੋਲ ਨਾ ਵਿੱਚ, ਬਸ ਸੁਣਦਾ ਜਾ। ਰਾਜਕੋਟ, 500 ਵਿਦਿਆਰਥੀਆਂ ਨੇ ਆਪਣੇ ਕਾਲਜ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਇਆ। ਮਤਲਬ ਇਹ ਕੀ? ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ। ਫਿਰ ਉਹੀ ਗੱਲ, ਲੈ ਹੋਰ ਸੁਣ। ਨਵੀਂ ਦਿੱਲੀ, ਇੰਦਰਾ ਗਾਂਧੀ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਿੰਨਾ ਚਿਰ ਹਾਲਾਤ ਸੁਧਰ ਨਹੀਂ ਜਾਂਦੇ, ਪਾਕਿਸਤਾਨ ਨਾਲ ਅਸੀਂ ਕੋਈ ਸੰਬੰਧ ਕਾਇਮ ਨਹੀਂ ਕਰ ਸਕਦੇ। ਠੀਕ ਹੈ ਫਿਰ, ਪਹਿਲਾਂ ਹਾਲਤ ਸੁਧਰਨੀ ਚਾਹੀਦੀ ਏ, ਇਸ ਤੋਂ ਪਿੱਛੋਂ। ਲੈ ਇਹ ਖਬਰ ਸੁਣ। ਚੰਡੀਗੜ੍ਹ, ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਮਈ ਦੇ ਮਹੀਨੇ ਤੋਂ ਹੋਰ ਭੱਤਾ ਦੇਣ ਦੀ ਘੋਸ਼ਣਾ ਕਰ ਦਿੱਤੀ। ਹੋਈ ਨਾ ਗੱਲ, ਸਰਕਾਰ ਨਹੀਂ ਖਿਆਲ ਰੱਖੇਗੀ ਆਪਣੇ ਬੰਦਿਆਂ ਦਾ ਤਾਂ ਕੌਣ ਰੱਖੇਗਾ? ਕਿਸੇ ਕੋਲ ਪੈਸੇ ਹੋਣਗੇ ਤਾਂ ਉਹ ਖਰਚੇਗਾ ਵੀ। ਇੱਕ ਹੋਰ ਖਬਰ ਹੈ ਅੰਮ੍ਰਿਤਸਰ, ਠੰਡ ਨਾਲ 4 ਬੰਦੇ ਹੋਰ ਮਰ ਗਏ। ਮੰਨਣਗੇ ਹੀ, ਬਾਹਰ ਠੰਡ ਵਿੱਚ ਹੀ ਪਏ ਰਹਿੰਦੇ ਹੈ, ਕੋਈ ਖੁੱਲ੍ਹ ਉੱਤੇ ਇੱਕ ਪਾਸੇ ਪਿਆ ਹੁੰਦਾ ਹੈ ਅਤੇ ਕੋਈ ਹੱਟੀ ਦੇ ਥੱਲੇ। ਮਰਨ ਵਾਲੀਆਂ ਗੱਲਾਂ ਤਾਂ ਉਹ ਆਪ ਕਰਦੇ ਹੈ, ਸਗੋਂ ਕੋਈ ਚੰਗੀ ਜਿਹੀ ਖਬਰ ਸੁਣਾ ਇਹ ਕੀ, ਚੰਗੀ ਖਬਰ ਵੀ ਸ਼ਾਇਦ ਲੱਭ ਹੀ ਪਵੇ। ਪਹਿਲਾਂ ਇਹ ਸੁਣ। ਨਵੀਂ ਦਿੱਲੀ, ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ। ਹੋਰ ਵਾਧਾ? ਜਿਹੜੀ ਚੀਜ਼ ਬਾਜ਼ਾਰ ਵਿੱਚ ਮਿਲਦੀ ਨਹੀਂ ਉਹਦੇ ਵਿੱਚ ਹੋਰ ਵਾਧਾ? ਉਹਦੇ ਵਿੱਚ ਨਹੀਂ, ਉਹਦੀ ਕੀਮਤ ਵਿੱਚ। ਇੱਕੋ ਗੱਲ ਹੋਈ ਨਾ, ਜਿਹੜੀ ਚੀਜ਼ ਮਿਲਦੀ ਨਹੀਂ ਉਹਦੀ ਕੀਮਤ ਵਿੱਚ ਜੇ ਹੋਰ ਵਾਧਾ। ਚੱਲ ਛੱਡ ਬੰਤਿਆ, ਤੁਰ ਇੱਥੋਂ, ਇਸ ਨੂੰ ਨਹੀਂ ਸਮਝ ਲੱਗਣੀ ਇਹ ਗੱਲ। ਬਾਕੀ ਦਾ ਸਿਗਰਟ ਰਿਕਸ਼ਾ ਦੀ ਪਿਛਲੀ ਸੀਟ ਉੱਤੇ ਬੈਠ ਕੇ ਪੀਵੀਂ। ਟੱਪ ਲੱਗਿਆ ਹੋਵੇ ਤਾਂ ਪਿਛਲੀ ਸੀਟ ਉੱਤੇ ਬੈਠਾ ਬੰਦਾ ਇੰਜ ਮਹਿਸੂਸ ਕਰਦਾ ਜਿਵੇਂ ਉਹ ਘਰ ਦੇ ਕਮਰੇ ਵਿੱਚ ਬੈਠਾ ਹੋਵੇ। ਸੱਚਮੁੱਚ ਕੁਝ ਲੋਕ ਇਸ ਸੀਟ ਨੂੰ ਘਰ ਦਾ ਕਮਰਾ ਹੀ ਸਮਝ ਲੈਂਦੇ। ਤਦੇ ਤੇ ਮੈਂ ਹਨੇਰਾ ਹੋਣ ਤੋਂ ਪਿੱਛੋਂ ਕਦੀ ਟੱਪ ਨਹੀਂ ਲਾਉਂਦਾ, ਇਹ ਤਾਂ ਧੁੱਪ ਮੀਂਹ ਰੋਕਣ ਲਈ ਹੈ। ਚੱਲ ਉੱਠ ਬੰਤਿਆ, ਕੋਈ ਸਵਾਰੀ ਭਾਲ। ਠਹਿਰ, ਐਨੀ ਵੀ ਕੀ ਜਲਦੀ ਹੈ, ਸਾਰਾ ਦਿਨ ਪਿਆ ਸਵਾਰੀਆਂ ਢੋਣ, ਨਾਲੇ ਜਿਹੜਾ ਰਿਜਕ ਮਿਲਣਾ ਹੈ ਬੈਠੇ ਬਿਠਾਏ ਹੀ ਮਿਲ ਜਾਣਾ। ਖਬਰੇ ਮਿਲ ਜਾਏ, ਪਰ ਅੱਜ ਤੱਕ ਤਾਂ ਮਿਲਿਆ ਨਹੀਂ ਬੈਠੇ ਬਿਠਾਏ ਕੁਝ। ਗੱਲ ਦਾ ਤਾਂ ਪਤਾ ਨਹੀਂ ਮਿਲਦਾ ਹੋਊ, ਜਿਨ੍ਹਾਂ ਨੂੰ ਮਿਲਦਾ ਹੋਊ ਆਪਾਂ ਨੂੰ ਤਾਂ ਨਹੀਂ ਮਿਲਦਾ ਬੈਠੇ ਬਿਠਾਏ। ਹੋਰਨਾਂ ਦਾ ਤਾਂ ਮੈਨੂੰ ਪਤਾ ਨਹੀਂ, ਉਸ ਸੇਠ ਦਾ ਜ਼ਰੂਰ ਪਤਾ ਹੈ ਜਿਸਨੇ ਕੋਈ ਰਿਕਸ਼ੇ ਬਣਾਏ ਹੋਏ ਹੈ, ਰੋਜ਼ ਸ਼ਾਮ ਨੂੰ ਕਿਰਾਇਆ ਉਸ ਦੇ ਘਰ ਪਹੁੰਚ ਜਾਂਦਾ ਹੈ ਬੈਠੇ ਬਿਠਾਏ। ਠੀਕ ਹੈ ਬੰਤਿਆ, ਰੁਪਈਆ ਉਸ ਨੇ ਲਾਇਆ ਪੱਲਿਓ, ਪਰ ਉਹ ਹੱਥ ਪੈਰ ਤਾਂ ਨਹੀਂ ਨਾ ਹਿਲਾਉਂਦਾ ਸਾਡੇ ਵਾਂਗ। ਤੇਰੀ ਤਾਂ ਬਸ ਅਕਲ ਮੋਟੀ ਹੈ, ਇਹ ਸਾਰਾ ਕਰਮਾਂ ਦਾ ਫਲ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਸਨ ਨਾ ਪਿਛਲੇ ਜਨਮ ਵਿੱਚ, ਉਹਨਾਂ ਨੂੰ ਇਸ ਜਨਮ ਵਿੱਚ ਚੰਗਾ ਫਲ ਤਾਂ ਮਿਲਣਾ ਹੀ ਹੋਇਆ। ਤਾਂ ਫਿਰ ਬੰਤਿਆ, ਆਪਾਂ ਪੂਰੇ ਕਰਮ ਕੀਤੇ ਹੋਣਗੇ ਪਿਛਲੇ ਜਨਮ ਵਿੱਚ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਚੱਲ ਨਹੀਂ ਪੁੱਛਦਾ, ਪਰ ਇਹ ਦੱਸ ਕੇ ਹੁਣ ਅਗਲੇ ਜਨਮ ਵਿੱਚ ਸਾਨੂੰ ਕਿਸ ਤਰ੍ਹਾਂ ਦਾ ਫਲ ਮਿਲੂ, ਚੰਗਾ ਕਿ ਮਾੜਾ? ਇਹ ਤਾਂ ਤੈਨੂੰ ਹੀ ਪਤਾ ਹੋਊ, ਜੇ ਚੰਗੇ ਕੰਮ ਕਰਦੇ ਹੈ ਤਾਂ ਚੰਗਾ, ਜੇ ਬੁਰੇ ਕਰਦੇ ਹੈ ਤਾਂ ਬੁਰਾ। ਲੈ ਇੰਜ ਤਾਂ ਨਾ ਟਰਕਾ ਸਾਨੂੰ, ਤੈਥੋਂ ਕੀ ਲੁਕਿਆ ਛੁਪਿਆ ਸਾਡਾ, ਹਰ ਵੇਲੇ ਤਾਂ ਤੂੰ ਨਾਲ ਰਹਿੰਦਾ ਮੇਰੇ। ਹਾਲੀ ਤਾਂ ਤੇਰੀ ਉਮਰ 30-35 ਦੀ ਹੈ, ਕੀ ਪਤਾ ਅੱਗੋਂ ਕੀ ਕਰ ਬੈਠੇ। ਚੱਲ ਮੰਨੀ ਤੇਰੀ ਗੱਲ, ਪਰ ਇਹ ਤਾਂ ਦੱਸ, ਉਹ ਸੇਠ ਕਿਹੜੀ ਜੂਨ ਵਿੱਚ ਜਾਊ? ਉਹ ਤਾਂ ਜ਼ਿੰਦਗੀ ਖਾ ਹੰਢਾ ਚੁੱਕਿਆ ਹੈ, ਕੀ ਪਤਾ ਅੰਦਰਗਤੀ ਉਹ ਚੰਗੇ ਕਰਮ ਹੀ ਕਰਦਾ ਹੋਵੇ। ਪੂਜਾ ਪਾਠ ਕਰਦਿਆਂ ਤਾਂ ਤੂੰ ਆਪ ਵੇਖਿਆ ਉਸਨੂੰ ਕਈ ਵਾਰ, ਉਹ ਤਾਂ ਜਦੋਂ ਵੀ ਰਿਕਸ਼ੇ ਦੀ ਕਿਸ਼ਤ ਦੇਣ ਜਾਂਦਾ ਹੁੰਦਾ ਸੀ ਮੈਂ ਪਹਿਲਾਂ, ਉਹਨੂੰ ਪਾਠ ਕਰਦਿਆਂ ਹੀ ਵੇਖਦਾ ਹੁੰਦਾ ਮੈਂ ਹਮੇਸ਼ਾ। ਪਰ ਬਸ ਬਸ ਚੁੱਪ ਕਰ ਜਾ, ਉਹਦੇ ਕਰਮ ਚੰਗੇ ਨੇ, ਉਸਨੂੰ ਚੰਗਾ ਫਲ ਮਿਲੂ।
ਅਗਲੇ ਜਨਮ ਵਿੱਚ, ਪਰ ਉਸ ਨੂੰ ਕੋਈ ਕੰਮ ਕਰਦਿਆਂ ਤਾਂ ਮੈਂ, ਕੰਮ ਦੀ ਗੱਲ ਤੂੰ ਛੱਡ, ਉਹਨੇ ਨਾ ਕੀਤਾ ਤੂੰ ਕਰ ਲਿਆ, ਅਸਲ ਗੱਲ ਤਾਂ ਚੰਗੇ ਫਲ ਦੀ ਹੈ। ਖਾਲੀ ਹੈ ਰਿਕਸ਼ਾ? ਖਾਲੀ ਹੈ ਜੀ, ਉੱਥੇ ਲੈ ਆ ਸਮਾਨ ਦੇ ਕੋਲ। ਕਿੰਨੀਆਂ ਸਵਾਰੀਆਂ ਹੈ ਜੀ? 3 ਬੱਚੇ ਨੇ ਨਾਲ। 2 ਜੀ ਅਸੀਂ ਆਪ ਹਾਂ। ਕੋਈ ਨਹੀਂ ਜੀ, ਬੱਚਿਆਂ ਦੀਆਂ ਬਰਕਤਾਂ ਨੇ। ਕੱਟੜਾ ਦੁੱਲੋ ਗਲੀ ਮਸਤ ਰਾਮ, ਉਹ ਕਿੱਥੇ ਹੋਈ? ਅਗਲਾ ਭਾਗ ਸੁਣਨ ਲਈ ਅਗਲੀ ਵੀਡੀਓ 'ਤੇ ਕਲਿੱਕ ਕਰੋ।